ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਪੋਲਿਟੀ ਲੈਕਚਰ ਸੀਰੀਜ਼ ਨੂੰ ਲੈ ਕੇ ਇੱਕ ਬਹੁਤ ਹੀ ਇੰਪੋਰਟੈਂਟ ਮੈਸੇਜ ਤੁਹਾਨੂੰ ਸਾਰਿਆਂ ਨੂੰ ਦੇਣਾ ਸੀਗਾ। ਅੱਜ ਯਾਨੀ ਕਿ 9 ਤਰੀਕ ਨੂੰ ਪ੍ਰੀਐਂਬਲ ਵਾਲਾ ਜਿਹੜਾ ਚੈਪਟਰ ਹੈ, ਪ੍ਰੀਐਂਬਲ ਵਾਲਾ ਜਿਹੜਾ ਟੌਪਿਕ ਹੈ, ਉਹਦੇ ਉੱਪਰ ਮੈਂ ਵੀਡੀਓ ਆਲਰੇਡੀ ਅਪਲੋਡ ਕਰ ਚੁੱਕਿਆ। ਤੇ ਇਸ ਤੋਂ ਜਸਟ ਬਾਅਦ ਜਿਹੜਾ ਆਪਣਾ ਪੋਲਿਟੀ ਦਾ ਅਗਲਾ ਲੈਕਚਰ ਹੈ, ਯਾਨੀ ਕਿ 7ਵਾਂ ਲੈਕਚਰ ਪੋਲਿਟੀ ਦਾ, ਉਹ ਲੈਕਚਰ ਹੈਗਾ ਜੀ ਡਾਇਰੈਕਟ ਡੈਮੋਕ੍ਰੇਸੀ ਨੂੰ ਲੈ ਕੇ, ਜਿਹਦੇ ਵਿੱਚ ਟਾਈਪਸ ਆਫ ਡਾਇਰੈਕਟ ਡੈਮੋਕ੍ਰੇਸੀ ਬਾਰੇ ਗੱਲ ਕੀਤੀ ਹੋਈ ਹੈ। ਤੇ ਉਹ ਲੈਕਚਰ ਡਾਇਰੈਕਟ ਡੈਮੋਕ੍ਰੇਸੀ ਵਾਲਾ ਜਿਹੜਾ ਆਪਣਾ ਟੌਪਿਕ ਹੈ, ਉਹਦੇ ਉੱਪਰ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆ। ਤੇ ਉਹ ਵੀਡੀਓ ਪੋਲਿਟੀ ਵਾਲੀ ਜਿਹੜੀ ਪਲੇਲਿਸਟ ਹੈ, ਉਹਦੇ ਵਿੱਚ ਜਾਓਗੇ ਤੁਸੀਂ, ਮੈਂ ਆਲਰੇਡੀ ਪੋਲਿਟੀ ਵਾਲੀ ਪਲੇਲਿਸਟ ਦੇ ਵਿੱਚ ਉਹ ਵੀਡੀਓ ਨੂੰ ਅਪਲੋਡ ਕਰ ਚੁੱਕਿਆ। ਸੋ ਜਿਨ੍ਹਾਂ ਨੇ ਉਹ ਡਾਇਰੈਕਟ ਡੈਮੋਕ੍ਰੇਸੀ ਵਾਲੀ ਜਿਹੜੀ ਵੀਡੀਓ ਹੈਗੀ ਹਾਲੇ ਤੱਕ ਨਹੀਂ ਦੇਖੀ, ਉਹ ਸਾਰਿਆਂ ਨੂੰ ਹਦਾਇਤ ਹੈ, ਉਹ ਵੀਡੀਓ ਨੂੰ ਜ਼ਰੂਰ ਦੇਖਿਓ, ਕਿਉਂਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਆ ਉਹ ਐਗਜ਼ਾਮ ਪੁਆਇੰਟ ਆਫ ਵਿਊ ਦੇ ਲਈ, ਤੇ ਉਹ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਵੀ ਚੱਲ ਰਿਹਾ। ਸੋ ਇਹੀ ਮੈਸੇਜ ਦੇਣਾ ਸੀ ਤੁਹਾਡੇ ਸਾਰਿਆਂ ਨੂੰ ਮੈਂ, ਤੇ ਬਸ ਪੋਲਿਟੀ ਲੈਕਚਰ ਸੀਰੀਜ਼ ਨੂੰ ਧਿਆਨ ਨਾਲ ਦੇਖਦੇ ਜਾਓ, ਠੀਕ ਹੈ। ਵਧੀਆ ਤੁਹਾਡੇ ਸਾਰਿਆਂ ਦੀ ਹੈਲਪਫੁੱਲ ਹੋਊਗੀ, ਇਹਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰੋ ਤਾਂ ਕਿ ਨੌਲੇਜ ਸਾਰਿਆਂ ਤੱਕ ਇਹ ਪਹੁੰਚ ਸਕੇ। ਧੰਨਵਾਦ।